ਹਰਿਆਣਾ ਦੇ ਰੋਹਤਕ ਵਿੱਚ ਜੱਟ ਅੰਦੋਲਨ ਦੇ ਦੌਰਾਨ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਘਰ ਹੋਏ ਆਗਜਣੀ ਮਾਮਲੇ 'ਚ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸੁਣਵਾਈ ਹੋਈ। ਸੀਬੀਆਈ ਵੱਲੋਂ ਮਾਮਲੇ ਦੀ ਚਾਰਜਸ਼ੀਟ ਦਾਖਲ ਨਾ ਕਰ ਸਕਣ ਕਰਕੇ ਹੁਣ ਮਾਮਲੇ ਦੀ ਸੁਣਵਾਈ 12 ਮਾਰਚ ਨੂੰ ਹੋਵੇਗੀ। ਸਾਰੇ ਕਸਟਡੀ ਵਾਲੇ ਵੀ ਆਏ, ਉਹ ਜੋ ਬੇਲ ਪੇ ਥੇ ਉਹ ਰਿਮੇਨਿੰਗ ਉਹ ਵੀ ਆਏ। ਡੇਟ ਰੂਟੀਨ ਵਿੱਚ 12 ਤਾਰੀਖ ਲੱਗੀ 12 ਮਾਰਚ, ਔਰ ਸੀਬੀਆਈ ਨੇ ਅੱਗੇ ਕੋਈ ਪ੍ਰੋਸੀਡਿੰਗ ਉਸਨੂੰ ਕੁਛ ਨਹੀਂ ਕੀਤੀ, ਕਿਸ ਤਰ੍ਹਾਂ ਕੋਈ ਸਪਲੀਮੈਂਟਰੀ ਚਲਾਨ ਵਗੈਰਾ ਕੁਛ ਨਹੀਂ ਗਿਆ। ਇੱਕ ਸਾਲ ਹੋਣੇ ਕੋ ਹੈ, ਪੂਰਾ ਨੈਕਸਟ ਵੀਕ ਪੂਰਾ ਇੱਕ ਸਾਲ ਹੋ ਜਾਏਗਾ ਸੀਬੀਆਈ ਕੇਸ ਕੋਰਟ ਮੇ ਆਏ ਹੋਏ ਕੇਸ ਕੋ, ਕਿਉਂਕਿ ਅਭੀ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਕੀ ਕੋਈ ਕਾਰਵਾਈ ਨਹੀਂ ਹੋ ਰਹੀ, ਰੂਟੀਨ ਮੇ ਆ ਰਹੇ ਹੈ ਔਰ ਜਾ ਰਹੇ ਹੈ। तो चलान पेश किया जाना था आगे जो सप्लीमेंट्री चलान पे अभी तक कुछ नहीं किया। अच्छा जी, तो क्या आप मानते हैं जो डिले हो रहा है कहीं ना कहीं नुकसान होगा? आप पता कि डिले अगर पहली बात तो है भी कल केस के अंदर क्या होगा क्या नहीं होगा, झूठे केस बनाए हुए हैं, लेकिन जो कल मान लो इन केसों से फायदा भी होता है, लेकिन जो हरासमेंट की भरपाई कौन करेगा।